सत श्री अकाल जी सारिआं नूं। अज आपां आए हां सतपाल सिंह गिल जी दे घर। ये उन्हां दीआं ते उन्हां दी बेटी जी दीआं ट्रॉफियां आ ते अज आपां उन्हां नाल गल्लबात करांगे। ते ये बहुत वड्डे कविशर आ, बहुत सोहणी कविशरियां गाउंदे आ। ਘੱਟ ਘੱਟ ਦਾਖਲਾ ਨਹੀਂ ਮਿਲਦਾ ਹਾਂ ਜੀ ਉੱਥੇ ਤਾਂ ਹੈ ਪਰਸੈਂਟ ਨੰਬਰ ਸੀਗੇ ਇੱਥੋਂ। ਫਿਰ ਇਹ ਮਤਲਬ ਪਹਿਲਾਂ ਪਲੱਸ 2 ਦੇ ਵਿੱਚ ਇਹਦੇ ਸੀਗੇ 94 ਪੁਆਇੰਟ ਮਤਲਬ 78 ਨਹੀਂ ਕੀ ਕਰਦੀ ਆ जलंधर चित्रकला मुकाबले पेंटिंग पेंटिंग मतलब 94.78 ਤੇ ਮੈਂ ਕੁਦਰਤੀ ਮੈਂ ਜਾਂਦਾ ਸੀਗਾ। ਮੈਂ ਪਹਿਲਾਂ ਤਾਂ ਮਾਰਿਆ ਰੇਡੀਓ ਨੂੰ ਫੋਨ ਜਲੰਧਰ ਰੇਡੀਓ ਨੂੰ, ਉਹ ਮੈਡਮ ਸੀ ਬਹਿ ਜਾ ਦੋ ਮਿੰਟ ਕੋਈ। ਹਾਂਜੀ ਬਹਿ ਜਾ। ਉਹ ਮੈਡਮ ਸੀਗੀ ਆਪਣੀ ਉਹ ਮੈਨੂੰ ਕਰਦੀ ਬੁਲਾਉਂਦੀ ਸੀਗੀ, ਉਹ ਡਾਇਰੈਕਟਰ ਬਣ ਗਈ। ਤੇ ਮੈਂ ਕਿਹਾ ਮੈਡਮ ਸਤਿ ਸ਼੍ਰੀ ਅਕਾਲ ਨੂੰ ਬਹੁਤ ਬਹੁਤ ਵਧਾਈਆਂ। ਕਹਿੰਦੀ ਬਹੁਤ ਬਹੁਤ ਵਧਾਈਆਂ। ਕਹਿੰਦੇ ਵਧਾਈਆਂ ਕੌਣ ਦੇ ਰਿਹਾ? ਮੈਂ ਸਤਪਾਲ ਸਿੰਘ ਗਿੱਲ ਪੁੱਛੋ ਮੱਟੀ ਬਠਿੰਡਾ ਤੋਂ। ਕਹਿੰਦੀ ਉਹ ਜਿਹੜੇ ਕਵੀ ਦਰਬਾਰ 'ਚ ਆਉਂਦੇ ਹੁੰਦੇ ਸੀ? ਮਾਂ ਹਾਂਜੀ ਸਾਵੀ ਹਾਂ ਕਵੀਸ਼ਰ 'ਚ ਵੀ ਆਉਂਦੇ ਸੀ ਮਾਂ ਕਵੀ ਦਰ ਰੇਡੀਓ ਜਲੰਧਰ ਤੋਂ ਮੇਰੀ ਨੌਰ ਕਰ ਜਾਂਦੀ ਤੇ ਰੇਡੀਓ ਬਠਿੰਡਾ ਤੋਂ ਤਰਤੇ ਤਰਤਾਲੀ ਜਿੱਥੇ ਤੋਂ ਬਠਿੰਡਾ ਰੇਡੀਓ ਸ਼ੁਰੂ ਹੋ ਗਿਆ ਉਹਦੇ ਤੋਂ ਤਰਤਾਲੀ ਕਾੜੀਆਂ ਤੇ ਰੇਡੀਓ ਆਪਣਾ ਡੀਡੀ ਪੰਜਾਬੀ 'ਤੇ 34 ਜੋ 25 ਮੇਰੀਆਂ ਬੱਲੇ ਦੀਆਂ ਹਾਂਜੀ 9 ਕਵੀਸ਼ਰ ਹੀ ਇੱਥੇ ਸਾਡੀਆਂ ਤਿੰਨਾਂ ਦੀਆਂ ਠੀਕ ਹੈ। ਔਰ 25 ਰਿਕਾਰਡਿੰਗਾਂ ਦੇ ਵਿੱਚ ਮੈਂ ਛੱਡੇ ਹੀ ਨਹੀਂ ਕੋਈ ਪ੍ਰੋਗਰਾਮ। 400 ਦੀ ਸ਼ਰਤ ਤੁਹਾਡੇ ਲਈ ਹਾਂਜੀ ਪੂਰੀ ਕੀਤਾ ਹਾਂਜੀ। 2 ਕਵੀ ਦਰਬਾਰ ਕੀਤੇ, 13 ਮਹਾਰਾਵ ਤੇ 14 ਮਹਾਰਾਵ ਤੇ ਹੋਏ। ਡਾਕਟਰ ਗੌਰੀ ਸਾਹਿਬ ਵਾਲੇ ਦਿਆਲ ਸੀ, ਠੀਕ ਹੈ, ਉਹਨਾਂ ਤੋਂ ਜੋ ਮੰਗਿਆ ਉਹੀ ਦਿੱਤਾ ਮੈਂ ਤੇ ਉਹਨਾਂ ਨੇ ਮਤਲਬ 14 ਦੇ ਵਿੱਚੋਂ 13 ਮਹਾਰਾਵਤਿਆਂ ਦੇ ਵਿੱਚ ਮੈਨੂੰ ਬੁਲਾਇਆ, ਠੀਕ ਹੈ। 1.5 ਘੰਟੇ ਦਾ ਸ਼ੋਅ ਹੁੰਦਾ ਸੀਗਾ ਹਾਂਜੀ, ਔਰ ਉਹ ਘੱਟੋ ਘੱਟ 4-5 ਵਾਰੀ ਉਹ ਦੁਬਾਰੇ ਦੁਬਾਰੇ ਲਾਉਂਦੇ ਸੀ ਤੇ ਉਹਦੇ ਵਿੱਚ ਮੈਨੂੰ ਬੁਲਾਇਆ। ਫਿਰ ਇੱਕ 2 ਵਿਸ਼ੇਸ਼ ਰਾਵਤੇ ਕਰਾਇਆ, ਇੱਕ ਪਟਿਆਲਾ ਦੂਰਦਰਸ਼ਨ ਤੇ ਕਰਾਇਆ ਹਾਂਜੀ, ਉਹ 'ਚ ਵੀ ਬੁਲਾਇਆ, ਇੱਕ ਜਲੰਧਰ ਦੂਰਦਰਸ਼ਨ ਤੇ ਕਰਾਇਆ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਰੂਬਰੂ ਪ੍ਰੋਗਰਾਮ ਕਰਿਆ। ਅੱਛਾ, ਰੂਬਰੂ ਡਾਕਟਰ ਗੌਰੀ ਸਾਹਿਬ ਨੇ ਰੂਬਰੂ ਪ੍ਰੋਗਰਾਮ ਕਰਿਆ, 19 ਕੈਨੇਡੀ ਸੀ, ਠੀਕ ਹੈ। ਉਹਦੇ ਵਿੱਚ ਵੀ ਮੈਂ ਇੱਕ ਆਪਣੀ ਕਵਿਤਾ ਪੇਸ਼ ਕੀਤੀ ਸੀ। ਛੋਟਾ ਜਿਹਾ ਸਾਨੂੰ ਸੁਣਾ ਦਿਓ ਇੱਕ ਕਵਿਤਾ ਪਲੀਜ਼, ਛੋਟੀ ਜੀ 2 ਪੰਕਤੀਆਂ ਸੁਣਾ ਦਿਓ ਪਲੀਜ਼। ਉਹ ਅਕਸਰ ਤਾਂ ਕਵਿਸ਼ਰੀ ਤਾਂ ਹੈ ਤਿੰਨਾਂ ਦੀ, ਹਾਂਜੀ ਤਿੰਨਾਂ ਨਾਲ ਕਵਿਸ਼ਰੀ ਤਿੰਨਾਂ ਨਾਲ ਹੀ ਬਣਦੀ ਹੈ। ਹਾਂਜੀ ਕਵਿਸ਼ਰੀ ਤਾਂ ਉਵੇਂ ਬਣਦੀ ਹੈ, ਥੋੜੀ ਜਿਹੀ ਸੁਣਾ ਦਿਓ ਸਾਨੂੰ। ਧੀਆਂ ਪੂਰਬੀ ਪੰਜਾਬ ਦੀਆਂ ਸਿਆਣੀਆਂ ਮਾਪਿਆਂ ਨੂੰ ਆਖਦੀਆਂ, ਤੁਹਾਡੇ ਪਾਸ ਨੀ ਪਿਤਾ ਜੀ ਸਦਾ ਰਹਿਣੀਆਂ, ਕੂੰਜਾਂ ਏ ਵਿਸਾਖ ਦੀਆਂ, ਸਾਨੂੰ ਵਿੱਦਿਆ ਪੜ੍ਹਾ ਕੇ ਤੇ ਬਣਾ ਦਿਓ, ਸੈਂਕੜਿਆਂ ਤੋਂ ਲਾਖ ਦੀਆਂ, ਬਣ ਜਾਈਏ ਕਸਤੂਰੀ ਦੀਆਂ ਕੁੜੀਆਂ ਮੁੱਠੀਆਂ ਰਾਖ ਦੀਆਂ। ਹਾਂਜੀ ਬੀਬੀਆਂ ਪੰਜਾਬਣਾ ਸੁਣਾਉਣ ਲੱਗੀਆਂ, ਮਾਪੇ ਆਪ ਦੀਆਂ ਨੂੰ ਮੁੱਢਲੀਆਂ ਪਰਜਾਂ ਨੂੰ ਜਿਤਾਉਣ ਲੱਗੀਆਂ, ਮਾਈ ਬਾਪ ਦਿਆਂ ਨੂੰ ਜਿਹੜੀਆਂ ਰਕਾਨਾਂ ਦੀਆਂ ਕਦਰਾਂ ਪੈਣੀਆਂ, ਉਹਨਾਂ 'ਚ ਖੜਾ ਦਿਓ, ਅਨਪੜ੍ਹ ਧੀਆਂ ਨੀ ਕਿਸੇ ਨੇ ਲੈਣੀਆਂ, ਮਾਪਿਓ ਪੜ੍ਹਾ ਦਿਓ, ਕਿੱਡੀ ਭਾਵੇਂ ਹੋਊ ਲੈਕ ਬੰਦ ਲਟਕੀ ਕਿਸੇ ਉੱਚੀ ਕੁਲ ਦੀ,
ਵਿਦਹੀਨ ਰਹੂ ਸਾਦੀ ਹੋਣ ਵਟਕੀ ਫਿਰ ਪੇਕੀ ਰੋਲਦੀ ਭਾਈਆਂ ਪਰ ਜਾਈਆਂ ਦੀਆਂ ਘੂਰਾਂ ਸੈਣੀਆਂ ਤੋਂ ਪੱਲਾ ਛਡਾ ਦਿਓ ਅਨਪੜ੍ਹ ਧੀਆਂ ਨੀ ਕਿਸੇ ਨੇ ਲੈਣੀਆਂ ਮਾਪਿਓ ਪੜ੍ਹਾ ਦਿਓ ਪੜ੍ਹੀ ਲਿਖੀ ਕੁੜੀ ਭਾਵੇਂ ਹੋਇਆ ਕਰੂਗੀ ਕਿਸੇ ਛੋਟੀ ਜਾਤ ਦੀ ਉੱਚਿਆਂ ਘਰਾਂ ਦੇ ਵਿੱਚ ਪੈਰ ਧਰੂਗੀ ਲੋੜ ਵੀ ਨੀ ਦਾਤ ਦੀ ਜਾਤ ਪਾਤ ਦੀਆਂ ਕੰਧਾਂ ਕੁੱਲ ਟਹਿਣੀਆਂ ਤੇ ਤੁਸੀਂ ਬਿਟਾ ਦਿਓ ਅਨਪੜ੍ਹ ਧੀਆਂ ਨੀ ਕਿਸੇ ਨੇ ਲੈਣੀਆਂ ਮਾਪਿਓ ਪੜ੍ਹਾ ਦਿਓ ਪਿੰਡ ਪਿੰਡ ਵਿੱਚ ਫਿਰ ਕੇ ਬਣਾ ਦਿਓ ਗਰਲਜ ਸਕੂਲਾਂ ਨੂੰ ਉਹਨਾਂ ਵਿੱਚ ਸਾਨੂੰ ਦਾਖਲ ਕਰਾ ਦਿਓ ਕੰਨਿਆ ਨਜੂਲਾਂ ਨੂੰ ਭਾਈ ਮਾਘੀ ਸਿੰਘ ਸਾਨੂੰ ਬੋਲਣਾ ਤੇ ਬਹਿਣੀਆਂ ਧਰਮੀਓ ਸਿਖਾ ਦਿਓ ਅਨਪੜ੍ਹ ਧੀਆਂ ਨੀ ਕਿਸੇ ਨੇ ਲੈਣੀਆਂ ਮਾਪਿਓ ਪੜ੍ਹਾ ਦਿਓ ਮੈਨੂੰ ਕਲਾਕਾਰ ਬਣਾਏ ਚਿੱਠੀਆਂ ਪਹਿਲਾਂ ਮੇਰੇ ਚਿੱਠੀਆਂ ਜਾਂਦੀਆਂ ਹੁੰਦੀਆਂ ਆਕਾਸ਼ਵਾਣੀ ਬਹੁਤ ਸੋਹਣਾ ਹਾਂਜੀ ਬਹੁਤ ਸੋਹਣਾ ਲਿਖਦੇ ਹੋ ਤੁਸੀਂ ਦੱਸ ਦਿਓ ਮਾੜਾ ਜਿਹਾ ਜੀ ਸਾਨੂੰ ਦੱਸ ਦਿਓ ਇੱਕ ਵਾਰੀ ਸਾਨੂੰ ਇਹ ਪ੍ਰਸ਼ੰਸਾ ਪੱਤਰ ਮਾਨਯੋਗ ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਉਹਨਾਂ ਨੇ ਦਾਸ ਦੇ ਸਨਮਾਨ ਦੇ ਵਿੱਚ ਦਿੱਤਾ ਠੀਕ ਹੈ ਜੀ